ਹਾਂਜੀ, ਕਿਵੇਂ ਹੋ ਤੁਸੀਂ ਸਾਰੇ? ਬੈਕ ਟੂ ਬੈਕ ਮਾਈ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗਾਈਸ। ਸੋ ਗਾਈਸ, ਮੈਂ ਕੱਲ੍ਹ ਅਚਾਨਕ ਹੀ ਆਪਣੇ ਘਰ ਆ ਗਈ ਸੀ ਸ਼ਾਮ ਨੂੰ, ਸੋਰੀ ਮੈਂ ਤੁਹਾਨੂੰ ਦੱਸ ਨਹੀਂ ਪਾਈ, ਅਤੇ ਮੰਮੀ ਦਾ ਕਾਲ ਆਇਆ ਸੀ ਇਸ ਕਰਕੇ ਮੈਨੂੰ ਆਉਣਾ ਪਿਆ। ਅਤੇ ਦੇਖ ਲਓ, ਮੈਂ ਤੁਹਾਨੂੰ ਘਰ ਦੀ ਹਾਲਾਤ ਦਿਖਾਉਂਦੀ ਹਾਂ। ਮੇਰੀ ਭਾਬੀ ਗਈ ਹੋਈ ਆ, ਇਸ ਕਰਕੇ ਸਾਰਾ ਕੰਮ ਮੈਨੂੰ ਹੀ ਕਰਨਾ ਪਿਆ, ਕੁਛ ਮੰਮੀ ਕਰ ਰਹੇ ਨੇ, ਉਹ ਦੇਖ ਲਓ ਖਲਾਰਾ। ਮੈਂ ਸਬਜ਼ੀ ਬਣਾ ਰਹੀ ਹਾਂ, ਟਿੰਡੋ ਟਿੰਡੋ ਬਣਾ ਰਹੀ ਹਾਂ, ਟਿੰਡੋ। ਸਾਰੀ ਸੈਟਿੰਗ ਕੀਤੀ ਹੈ ਕੰਮਾਂ ਕਾਰਾਂ ਦੀ, ਉੱਧਰੋਂ ਸਾਰਾ ਬੈੱਡ ਸੈਟਿੰਗ ਕੀਤਾ ਹੈ, ਆਹ ਦੇਖ ਲਓ, ਹਲੇ ਵੀ ਦੇਖ ਲਓ, ਸੋਫੇ ਵਗੈਰਾ ਸਾਰੀਆਂ ਸਫਾਈਆਂ ਪਈਆਂ ਨੇਗੀਆਂ। ਅਤੇ ਆਹ ਵਾਲੇ ਬੈੱਡ ਦੀ ਸੈਟਿੰਗ ਕੀਤੀ ਹੈ, ਇਹ ਬੈੱਡ ਉੱਧਰੋਂ ਚੱਕ ਕੇ ਇੱਧਰੋਂ ਲਾਇਆ, ਸਾਰੀ ਸਫਾਈ। ਹਾਲੇ ਵੀ ਬਿਲਕੁਲ ਖਲਾਰਾ ਬਹੁਤ ਜ਼ਿਆਦਾ ਪਿਆ ਹੋਇਆ। ਅਤੇ ਹਾਂ ਵੇਖ ਲਓ, ਇਹ ਵਾਲੇ ਰੂਮ 'ਚ ਇਹ 'ਚ ਮੇਰਾ ਬੈਗ ਵਗੈਰਾ ਐਂ ਪਿਆ, ਕੱਪੜੇ ਵਗੈਰਾ ਮੇਰੇ ਤਾਂ ਮੈਂ ਬਾਅਦ 'ਚ ਸਾਂਭਾਂਗੀ, ਪਹਿਲਾਂ ਇਹਨਾਂ ਦਾ ਹੀ ਸਾਂਭੀ ਹੈ। ਕੱਪੜੇ ਵੇਖ ਲਓ, ਆਹ ਵੇਖ ਲਓ, ਦੇਖ ਲਓ ਜੀ, ਕੱਪੜੇ ਵਾਸ਼ ਹੋ ਰਹੇ ਨੇ। ਉਹ ਮੇਰੀ ਮੰਮੀ ਨੂੰ ਹੁਣ ਵਿਚਾਰੀ ਨੇ ਚਾਹ ਬਣਾ ਕੇ ਦਿੱਤੀ ਆ, ਬੁਰਾ ਹਾਲ ਹੋਇਆ ਪਿਆ ਘਰ ਦਾ, ਬੁਰਾ ਹਾਲ। ਸਫਾਈਆਂ ਇਹ ਤਾਂ ਮੈਂ ਵੀਡੀਓ ਬਣਾ ਰਹੀ ਹਾਂ, ਮੰਮੀ ਪੁੱਛਦੀ ਹੈ ਕੌਣ ਹੈ, ਉਹਨੂੰ ਐਵੇਂ ਵੀਡੀਓ ਕਾਲ ਹੈ। ਅਤੇ ਹਾਲੇ ਆ ਵੇਖ ਲਓ, ਸਾਰਾ ਕੰਮ ਕਰਨਾ ਪਿਆ, ਸਬਜ਼ੀ ਬਣੀ ਬਣ ਜੂ ਹੁਣ ਬਸ। ਠੀਕ ਹੈ ਜੀ, ਅੱਜ ਦਾ ਦੱਸਾਂਗੇ ਮੈਨੇ ਕੀ ਕੀਤਾ, ਕੁਛ ਕੁ ਤੁਹਾਨੂੰ ਦੱਸਤਾ ਕਿ ਆਹ ਕੰਮ ਹੈ, ਦੇਖ ਲਓ, ਬਾਕੀ ਹੋਰ ਵੀ ਦੱਸਾਂਗੇ। ਹਾਂਜੀ ਪੁੱਤੋ, ਠੀਕ ਹੈ ਜੀ, ਮਿਲਦੇ ਆ ਫਿਰ। ਹਾਂਜੀ ਗਾਈਸ, ਰੋਟੀ ਰੋਟੀ ਬਣਾਤੀ ਹੈ, ਰਸੋਈ ਕਿਚਨ ਸਾਰਾ ਸਾਫ਼ ਹੋ ਗਿਆ, ਅਤੇ ਬਸ ਹੁਣ ਇੱਥੋਂ ਵੀ ਕੱਪੜੇ ਵਗੈਰਾ ਸਾਂਭਤੇ ਹੈ, ਅਤੇ ਬਸ ਇਕੱਲੇ ਆਹ ਰਹਿ ਗਏ ਨੇ ਹੁਣ ਚੱਕਣੇ, ਬਾਕੀ ਸਾਰਾ ਹੋ ਗਿਆ, ਕੱਪੜੇ ਵੀ ਵਾਸ਼ ਹੋ ਗਏ ਨੇ, ਮੰਮੀ ਨੇ ਸਾਰੇ ਸਾਂਭਤੇ ਨੇ, ਕੱਪੜੇ ਸਾਰੇ ਧੋਏ ਗਏ, ਮੰਮੀ ਨੇ ਮੇਰੀ ਨੇ ਸਾਰੇ ਕਰਤੇ ਸਫਾਈ। ਆਹ ਲੱਗ ਰਹੀ ਹੈ ਵਿਚਾਰੀ ਸਵੇਰ ਦੀ, ਬੁਰਾ ਹਾਲ ਹੈ। ਜਾਂ ਆਹ ਮੈਡਮ ਨੇ ਹਲੇ ਕੱਪੜੇ ਸੁੱਕਣੇ ਪਾ ਕੇ ਆਉਣੇ ਨੇ, ਇਹ ਮੇਰੀ ਭੈਣ ਹੈ ਛੋਟੀ, ਵੇਖ ਲਓ, ਖੋਖਾ ਸਾਡਾ ਇਹ, ਆਹ ਦੇਖ ਲਓ ਕਿੱਡਾ ਕੱਦ ਕਾਠ ਹੈ ਕੁੜੀ ਦਾ। ਜਾਂ ਲੈ ਸਿਖਾਇਆ ਇਹਨਾਂ ਨੂੰ, ਬਸ ਹੁਣ ਹੁਣ ਮਾੜਾ ਜਿਹਾ ਘਰ ਹੌਲਾ ਜਿਹਾ ਹੋਇਆ, ਕੱਪੜੇ ਧੋਏ ਗਏ, ਬਸ ਹੁਣ ਝਾੜੂ ਪੋਚੀ ਵਾਲੀ ਆਊਗੀ, ਉਹ ਲਾ ਕੇ ਪੋਚਾ ਚੱਲ ਜਾਊਗੀ। ਬੁਲਾ ਲੈ ਮੰਮੀ ਇਹਨੂੰ, ਫੋਨ ਫੋਨ ਕਰ ਲਾ ਜਾਊਗੀ। ਹੋਰ ਹੁਣ ਆਹ ਦੀਵਾਨ ਬੈੱਡ ਕਿੱਥੇ ਲਈਏ, ਹਜੇ ਉਹ ਚੱਕ ਕੇ ਲਾਉਣਾ ਹੈਗਾ, ਉਹ 'ਚ ਇੰਨਾ ਸਮਾਨ ਹੈ ਮੰਮੀ, ਹਜੇ ਉਹ 'ਚ ਇੰਨਾ ਸਮਾਨ ਹੈ ਮੰਮੀ, ਫਿਰ ਉਹਦਾ ਕਿਵੇਂ ਕਰਾਂਗੇ। ਉਹ ਦੇਖ ਲਓ ਦੀਵਾਨ ਬੈੱਡ, ਉਹਨੂੰ ਚੱਕ ਕੇ ਸਾਰਾ ਸਮਾਨ ਕੱਢ ਕੇ ਫਿਰ ਲਾਉਣਾ ਪਊਗਾ। ਭਾਰੀ ਬੜਾ ਹੈਗਾ ਮੰਮੀ, ਕੀ ਕੀ ਵੇਚੇਗੀ ਪਹਿਲਾਂ ਸੋਫੇ ਵਿੱਚ, ਮੇਰੀ ਮੰਮੀ ਨੇ ਦੇਖ ਲਓ ਇੰਨੇ ਸੋਹਣੇ ਸੋਫੇ ਵੇਚਦੇ, ਫਿਰ ਸੋਫੇ ਤੋਂ ਤਾਂ
ਵੇਚੂ ਮੈਂ ਇੰਨਾ ਸਮਾਨ ਕਿਹੜਾ ਲਾਵਾਂਗੇ। ਕੋਈ ਨਹੀਂ, ਦੁਕਾਨ ਬੈਡ ਤਾਂ ਉੱਥੇ ਹੀ ਸੈੱਟ ਆ ਜੂਗਾ ਆਪਣੇ ਲੋਡ ਕੋਲ। 2 ਵੱਜ ਚੁੱਕੇ ਨੇ ਗਾਇਸ, 2 ਹਾਲੇ ਤੱਕ ਕੰਮ ਆ, ਥੋੜ੍ਹਾ ਜਿਹਾ ਰਹਿ ਗਿਆ ਹਜੇ ਵੀ। ਠੀਕ ਹੈ ਜੀ, ਫਿਰ ਕਰਦੇ ਹਾਂ ਗੱਲ ਥੋੜ੍ਹੇ ਨਾਲ। ਹਾਂਜੀ, ਕਿਵੇਂ ਹੋ? ਚੱਲ ਆ ਜਾ ਤੇਰਾ ਉਹ ਵੱਜ ਗਈ। ਹਾਂਜੀ, ਸਾਰਾ ਕੰਮ ਸਾਡਾ ਨਿਬੜ ਗਿਆ ਸੀ, ਹੋ ਗਿਆ ਸਫਾਈਆਂ। ਠੀਕ ਹੈ ਜੀ, ਹੁਣ ਕਰਦੇ ਹਾਂ ਅਸੀਂ ਬਾਏ ਬਾਏ ਐਂਡ ਬਲੌਗ ਦਾ। ਅੱਜ ਇੰਨਾ ਹੀ ਬਲੌਗ ਹੋਇਆ ਸੀਗਾ, ਇਸ ਬੀਜੀ ਵਾਲੇ ਸੀਗੇ। ਆਹ ਦੇਖ ਲਓ ਮੇਰਾ ਬੱਚਾ ਰੋ ਰਿਹਾ, ਇਹਨੂੰ ਚੜੀ ਹੈ ਨੀਂਦ ਬਹੁਤ ਜ਼ਿਆਦਾ ਇਸ ਟਾਈਮ। ਮੇਰੀ ਮੰਮੀ ਦੇਖ ਲਓ ਬੇਚਾਰੀ ਆ ਬੈਠੀ ਹੈ, ਉੱਧਰ ਆਪਣੀ ਭੈਣ ਉੱਧਰ ਦੀ ਹੈ ਦੇਖ ਲਓ। ਅਤੇ ਆਹ ਦੇਖ ਲਓ ਰੋਣ ਸੂਰਤ ਮੇਰੀ ਬੇਟੀ, ਇਹਨੇ ਸੌਣਾ ਹੋਣਾ, ਇਹਨੂੰ ਸਵਾਨੇ ਆ। ਓਕੇ ਗਾਈਸ, ਕਰਦੇ ਹਾਂ ਬਾਏ ਬਾਏ, ਟੇਕ ਕੇਅਰ। ਚੱਕ ਲਿਆ ਕਰ ਬਾਈ ਨੂੰ ਨਾ, ਹੁਣ ਚੱਕ ਲਿਆ ਕਰੋ ਬਾਈ। ਏ ਸ਼ੀਸ਼ੂ ਆਂਟੀ, ਆਂਟੀ ਉਰਾ। ਠੀਕ ਹੈ ਜੀ, ਬਾਏ ਬਾਏ, ਟੇਕ ਕੇਅਰ, ਆਲ ਆਫ ਯੂ, ਗੁੱਡ ਨਾਈਟ। ਆਓ ਬੈਗ ਚੱਕ ਲੈ ਕੇ ਜਾ ਤੇਰਾ, ਨਹੀਂ ਤਾਂ ਆਗ ਲਾ ਦੂੰਗੀ ਮੈਂ ਤਾਂ ਬਾਹਰ ਦਾ। ਸਾਰੇ ਮਚਾ ਦਿਓ, ਕੱਲਾ ਰਹਿ ਗਿਆ ਉਹਨੂੰ ਵੀ ਮਚਾ ਦੂੰਗੀ। ਮਚਾ ਦੂੰ ਨਾ ਚੱਕ।